ਪੰਜਾਬੀ ਗੁਰਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਭਾਰਤੀ ਸਟੇਟ ਬੈਂਕ SBI ਨੇ ਹੋਮ ਲੋਨ ਦੇ ਮੌਜੂਦਾ ਗ੍ਰਾਹਕਾਂ ਨੂੰ ਵੱਡੀ ਸੁਗਾਤ ਦਿੱਤੀ ਹੈ। ਬੈਂਕ ਨੇ ਬਾਹਰੀ ਬੈਂਚਮਾਰਕ ਆਧਾਰਿਤ ਦਰ EBR 'ਚ 0.25 ਫੀਸਦੀ ਦੀ ਕਟੌਤੀ ਕਰਦੇ ਹੋਏ ਇਸ ਨੂੰ 8.5 ਫੀਸਦੀ ਤੋਂ ਘਟਾ ਕੇ 7.80 ਫੀਸਦੀ ਕਰ ਦਿੱਤਾ। ਇਹ ਨਵੀਂ ਦਰ 1 ਜਨਵਰੀ 2020 ਤੋਂ ਪ੍ਰਭਾਵੀ ਹੋ ਜਾਵੇਗੀ। ਇਸ ਕਟੌਤੀ ਨਾਲ ਮੌਜੂਦਾ ਹੋਮ ਲੋਨ ਗ੍ਰਾਹਕਾਂ ਦੇ ਨਾਲ ਨਾਲ MSME ਕਰਜ਼ਦਾਰਾਂ ਦੀ EMI 25 ਆਧਾਰ ਅੰਕ ਘੱਟ ਹੋ ਜਾਵੇਗੀ। ਇਸ ਤੋਂ ਇਲਾਵਾ SBI ਨੇ ਕਿਹਾ ਕਿ ਨਵੇਂ ਹੋਮ ਲੋਨ ਗ੍ਰਾਹਕਾਂ ਨੂੰ 8.15 ਫੀਸਦੀ ਦੀ ਬਜਾਏ ਹੁਣ ਸ਼ੁਰੂਆਤੀ 7.90 ਫੀਸਦੀ ਦੀ ਸਾਲਾਨਾ ਵਿਆਜ ਦਰ ਤੇ ਲੋਨ ਦਿੱਤਾ ਜਾਵੇਗਾ। ਜੇਕਰ ਯੋਗ ਹੈ ਕਿ ਭਾਰਤੀ ਸਟੇਟ ਬੈਂਕ ਨੇ ਬਾਹਰੀ ਬੈਂਚਮਾਰਕ ਆਧਾਰਿਤ ਦਰ EBR ਰਿਜ਼ਰਵ ਬੈਂਕ ਦੇ ਰੋਪੋ ਦਰ ਤੇ 2.65 ਫੀਸਦੀ ਉੱਪਰ ਫਿਕਸਡ ਕੀਤੀ ਹੋਈ ਹੈ। ਰੋਪੇ ਦਰ ਮੌਜੂਦਾ ਸਮੇਂ 5.15 ਫੀਸਦੀ। ਇਸ ਤੋਂ ਇਲਾਵਾ ਬੈਂਕ ਹੋਮ ਲੋਨ ਦਰ ਤੇ 0.10 ਤੋਂ 0.75 ਫੀਸਦੀ ਵਿਚਕਾਰ ਵੱਧ ਚਾਰਜ ਕਰਦਾ ਹੈ। ਯਾਨੀ ਘੱਟੋ ਘੱਟ ਪ੍ਰਭਾਵੀ ਦਰ EBR ਤੋਂ 0.10 ਫੀਸਦੀ ਉੱਪਰ ਹੋਵੇਗੀ। ਤਨਖਾਹਦਾਤਾ ਨੂੰ 30 ਲੱਖ ਰੁਪਏ ਤੱਕ ਦਾ ਹੋਮ ਲੋਨ ਹੁਣ ਘੱਟੋ ਘੱਟ 7.95 ਫੀਸਦੀ ਦੀ ਪ੍ਰਭਾਵੀ ਦਰ ਤੇ ਮਿਲੇਗਾ। ਇਸ ਮਹੀਨੇ ਦੇ ਸ਼ੁਰੂ ਵਿੱਚ SBI ਨੇ ਪ੍ਰਚੂਨ ਲੋਕ ਲੋਨ ਗ੍ਰਾਹਕਾਂ ਨੂੰ ਰਾਹਤ ਦਿੰਦੇ ਹੋਏ 1 ਸਾਲ MCLR ਦਰ 'ਚ ਵੀ 0.10 ਫੀਸਦੀ ਕਟੌਤੀ ਕੀਤੀ ਸੀ ਤਾਂ ਜੋ 10 ਦਸੰਬਰ ਤੋਂ ਲਾਗੂ ਕੀਤੀ ਜਾਵੇਗੀ। ਇਸ ਵਿੱਤੀ ਸਾਲ 'ਚ ਬੈਂਕ ਵੱਲੋਂ MCLR ਦੀ ਦਰ ਇਹ ਲਗਾਤਾਰ 8ਵੀਂ ਕਟੌਤੀ ਸੀ। ਬੈਂਕ ਦਾ 1 ਸਾਲ MCLR ਮੌਜੂਦਾ ਸਮੇਂ 7.90 ਫੀਸਦੀ ਹੈ ਜੋ ਪਹਿਲਾਂ 8 ਫੀਸਦੀ ਸੀ। SBI ਜਾਇਦਾਦ ਜਮ੍ਹਾਂ ਰਾਸ਼ੀ ਸ਼ਾਖਾਵਾਂ ਗ੍ਰਾਹਕਾਂ ਤੇ ਕਰਮਚਾਰੀਆਂ ਦੇ ਮਾਮਲੇ 'ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਬੈਂਕ ਹੈ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ਨਿਊਜ਼ਵਾਲਾ .com ਦੇ ਨਾਲ।